41 94 ਅੱਜ ਜਿਹੜਾ ਮੋਟਰਸਾਈਕਲ ਵੀਰ ਜੀ ਹੋਣੀ ਲੈ ਗਿਆ ਸੀ ਆਪਣੇ ਕੋਲ, ਇੰਜਨ ਦੇ ਵਿੱਚੋਂ ਆਵਾਜ਼ ਆਉਂਦੀ ਸੀ ਜਿਵੇਂ ਕੋਈ ਚੀਜ਼ ਦਾ ਰਗੜਾ, ਜਿਵੇਂ ਕੋਈ ਚੀਜ਼ ਰਗੜ ਕੇ ਚੱਲ ਰਹੀ ਆ। ਅਤੇ ਬਾਈ ਹੋਣਾਂ ਦੇ ਮੋਟਰਸਾਈਕਲ ਦਾ ਖੋਲ੍ਹਿਆ ਜੀ ਆਪਾਂ ਇੰਜਣ, ਅਤੇ ਉਹਦੇ ਵਿੱਚ ਹੈੱਡ ਦੇ ਵਾਲਾਂ ਦੀਆਂ ਗਾਈਡਾਂ ਜਿਹੜੀਆਂ ਬਿਲਕੁਲ ਢਿੱਲੀਆਂ ਹੋਈਆਂ ਪਈਆਂ ਜੀ, ਗਾਈਡਾਂ ਢਿੱਲੀਆਂ ਹੋਈਆਂ, ਰਿੰਗ ਪਿਸਟਨ ਜਿਹੜੇ ਉਹ ਵੀ ਪੈਣਗੇ ਜੀ। ਉਸ ਤੋਂ ਬਾਅਦ ਜਿਹੜੀ ਇਹਦੀ ਕਰੈਂਕ ਆ ਉਹ ਕਾਫੀ ਲੂਜ਼ ਹੋਈ ਪਈ ਆ। ਆ ਢਿੱਲ ਚੈੱਕ ਤੁਹਾਨੂੰ ਕਰਾਉਂਦੇ ਆ ਖੋਲ੍ਹ ਕੇ, ਬਾਈ ਜੀ ਚੈੱਕ ਕਰ ਲਿਓ ਨਾਲ ਦੀ ਨਾਲ। ਵੀਡੀਓ ਇਸ ਕਰਕੇ ਬਣਾਈ ਦੀ ਆ ਵੀ ਤੁਹਾਨੂੰ ਵੀ ਪਤਾ ਰਹੇ ਵੀ ਸਾਡੇ ਮੋਟਰਸਾਈਕਲ ਦਾ ਕੀ ਖੋਲ੍ਹਿਆ ਅਤੇ ਕੀ ਕਰ ਰਹੇ ਆ। ਆਹ ਪਾਰਟਸ ਪਏ ਇਹਦੇ, ਨਿੱਕਿਆ ਲਾ ਕੇ ਕਰ ਪਾਰਟ ਸਾਰੇ ਲਾ ਕੇ ਲਿਆ, ਅਤੇ ਕਰੈਂਕ ਖੋਲ੍ਹ ਗਈ ਆਪਾਂ ਇਹਦੀ। ਆ ਰਿਹਾ ਛੇਤੀ ਆ, ਛੇਤੀ 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 ਮਿੰਟ ਮਿੰਟ ਲਾ ਕੇ ਰੱਖ ਦੇ। ਅਤੇ ਆਹ ਲਿਆ ਫੜ, ਮੈਂ ਖੋਲ੍ਹਾਂ ਚੈਂਬਰ ਇਹਦਾ, ਥੱਲੇ ਹੱਥ ਰੱਖ ਥੱਲੜੇ ਚੈਂਬਰ ਨੂੰ, ਥੱਲੜੇ ਚੈਂਬਰ ਨੂੰ ਹੱਥ। ਚੁੱਕਦੇ ਨੇ ਕਿਹਾ ਚੈਂਬਰ, ਚੁੱਕਦੇ ਆ ਗਿਆ ਤਾਂ ਹੌਲੀ ਹੌਲੀ ਚੁੱਕਦੇ, ਸ਼ਾਬਾਸ਼, ਚੁੱਕਦੇ ਚੁੱਕਦੇ ਬਸ ਠੀਕ ਕਰਦੇ ਸਾਈਡ ਦੇ। ਉੱਥੇ ਰੱਖ, ਉੱਥੇ ਪੁੱਤ ਗੱਤੇ 'ਤੇ ਰੱਖ, ਥੱਲੇ ਨਹੀਂ ਕਦੀ ਵੀ ਚੈਂਬਰ ਰੱਖਣਾ ਮਿੱਟੀ 'ਚ। ਆਹ ਪੀਸ ਫੜ, ਆਹ ਪੀਸ, ਆਹ ਪੀਸ ਉੱਧਰ ਨਹੀਂ। ਅਤੇ ਕਰੈਂਕ ਦੀ ਜਿਹੜੀ ਤੁਹਾਨੂੰ ਆਵਾਜ਼ ਚੈੱਕ ਕਰਾਉਂਦੇ ਹਾਂ, ਜਿਹੜਾ ਇਹਦਾ ਵਿਘਨ ਢਿੱਲਾ ਹੋਇਆ ਪਿਆ ਇਹਦਾ, ਨਿੱਕਿਆ ਫੜੀ ਪੁੱਤ। ਹਾਂ ਲਓ ਜੀ, ਗਈ ਆ ਜੀ ਬਾਹਰ, ਢਿੱਲ ਚੈੱਕ ਕਰਿਆ ਬਹੁਤ ਜ਼ਿਆਦਾ ਢਿੱਲ ਪੈ ਗਈ ਇਹਦੇ ਵਿੱਚ, ਇਹਦੀ ਆਵਾਜ਼ ਆਉਂਦੀ ਸੀ। ਉਸ ਤੋਂ ਬਾਅਦ ਜਿਹੜਾ ਪੈਨਸਲ ਬੈਰਿੰਗ ਹੁੰਦਾ ਉਹ ਵੀ ਬਿਲਕੁਲ ਲੂਜ਼ ਹੋਇਆ ਪਿਆ ਸੀ, ਤਾਂ ਥਾਂ ਦੀ ਢਿੱਲ ਪੈ ਗਈ ਸ਼ਾਫਟ ਦੇ ਵਿੱਚ। ਸੋ ਇਹ ਆਪਾਂ ਓਕੇ ਰਿਪੋਰਟ ਕਰਕੇ ਦੇਵਾਂਗੇ ਬਾਈ ਜੀ ਉਹਨਾਂ ਨੂੰ, ਕੋਈ ਆਵਾਜ਼ ਨਹੀਂ ਆਊਗੀ, ਬਿਲਕੁਲ ਸਾਈਲੈਂਟ ਚੱਲੂਗਾ ਜੀ। ਆੜੀ ਆਵਾਜ਼ ਆ ਰਹੀ ਆ, ਇਹਦਾ ਵਿਘਨ ਜਿਹੜਾ ਵਾ ਉੱਡਿਆ ਪਿਆ, ਬੈਰਿੰਗ ਹੁੰਦਾ ਇਹਦੇ ਵਿੱਚ। ਹਾਂ ਓਕੇ ਸਟੋਪ।